ਝੂਠੇ ਆਵਹਿ ਠਵਰ ਨਾ ਪਾਵਹਿ ਦੂਜੇ ਆਵਾ ਗਾਉਣ ਪਿਆ। ਜਿਹੜੇ ਝੂਠੇ ਮਨੁੱਖ ਸੰਸਾਰ ਚ ਆਉਂਦੇ ਨੇ ਪਰ ਉਹ ਸੱਚ ਦਾ ਟਿਕਾਣਾ ਪ੍ਰਾਪਤ ਨਹੀਂ ਕਰਦੇ, ਦਵੈਤ ਭਾਵਨਾ ਜਿਹੜੀ ਮਨ ਦੇ ਵਿੱਚ ਹੁੰਦੀ ਹੈ ਇਹ ਆਮ ਸੁਭਾਵਕ ਹੀ ਆਪਾਂ ਦੇਖਦੇ ਹਾਂ। ਹਰੇਕ ਬੰਦਾ ਇੱਕ ਦੂਜੇ ਨਾਲ ਦਵੈਸ਼ ਹੀ ਕਰਦਾ, ਦੂਜਾ ਵੱਡਾ ਨਾ ਉੱਠ ਜਾਵੇ, ਦੂਜਾ ਮੈਥੋਂ ਅੱਗੇ ਨਾ ਲੰਘ ਜਾਵੇ, ਉਹ ਹੋਰ ਜਾਤ ਦਾ ਹੈ, ਉਹ ਹੋਰ ਪ੍ਰਕਾਰ ਦਾ ਹੈ, ਉਹ ਹੋਰ ਦੇਸ਼ ਦਾ ਹੈ, ਕਿਤਨੀ ਸਾਡੇ ਅੰਦਰ ਫਿਰ ਉਹ ਮਨੁੱਖਾਂ ਪ੍ਰਤੀ ਹੀ ਈਰਖਾ ਪੈਦਾ ਹੋ ਜਾਂਦੀ, ਜਾਂ ਸਾਡੇ ਅੰਦਰ ਇਹ ਦਵੈਸ਼ ਕਿ ਇਹ ਮੇਰਾ ਹੈ, ਇਹ ਤੇਰਾ ਹੈ, ਆਪਣਾ ਹੈ, ਬਗਾਨਾ ਹੈ। ਸਤਿਗੁਰੂ ਕਹਿੰਦੇ ਇਹ ਜਿਹੜੀ ਚੀਜ਼ ਹੈ ਦਵੈਤ ਭਾਵ ਕਰਕੇ ਉਹਨਾਂ ਦਾ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ। ਸ੍ਰਿਸ਼ਟੀ ਪੈਦਾ ਸਾਰੀ ਪਰਮਾਤਮਾ ਤੋਂ ਹੀ ਹੁੰਦੀ ਹੈ, ਗੁਰਮੁਖ ਵੀ ਪੈਦਾ ਹੁੰਦੇ ਨੇ, ਮਨਮੁਖ ਵੀ ਪੈਦਾ ਹੁੰਦੇ ਨੇ। ਗੁਰਮੁਖ ਨਾਮ ਜਪ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ, ਮਨਮੁਖ ਦਵੈਸ਼ ਕਰਕੇ 84 ਦੇ ਗੇੜ ਚ ਪਏ ਰਹਿੰਦੇ ਨੇ। ਆਵਾ ਗਾਉਣ ਮਿਟੈ ਗੁਰ ਸ਼ਬਦੀ। ਹੁਣ ਆਵਾ ਗਾਉਣ ਦਾ ਚੱਕਰ, ਆਉਣ ਜਾਣ ਦਾ ਚੱਕਰ ਜਿਹੜਾ ਬਾਰ ਬਾਰ ਜੰਮਣਾ ਮਰਨਾ ਇਹ ਗੁਰੂ ਦੇ ਸ਼ਬਦ ਦੁਆਰਾ ਹੀ ਮਿਟਦਾ। ਗੁਰਾਂ ਦਾ ਉਪਦੇਸ਼ ਮਿਲੇ, ਸ਼ੁਰੂਆਤ ਹੋਵੇ ਚੰਗੇ ਢੰਗ ਨਾਲ, ਬੱਚੇ ਨੂੰ ਆਪਾਂ ਪੜ੍ਹਾਉਣਾ ਸ਼ੁਰੂ ਕਰਦੇ ਹਾਂ, ਸਭ ਤੋਂ ਪਹਿਲਾਂ ਕਰਮ ਐਡਮਿਸ਼ਨ, ਅੱਛਾ ਸਕੂਲ ਦੇਖਣਾ, ਫਿਰ ਅੱਛਾ ਕਾਲਜ ਦੇਖਣਾ। ਪਰ ਜਦੋਂ ਆਪਾਂ ਗੁਰੂ ਧਾਰਨ ਕਰਦੇ ਹਾਂ ਤਾਂ ਕਹਿੰਦੇ ਬਸ ਮੈਂ ਬਣਿਆ ਬਣਾਇਆ ਜੰਮਦਾ ਹੀ ਸਿੱਖ ਸੀ ਮੈਂ। ਜੇ ਜਨਮ ਲੈ ਕੇ ਹੀ ਕੋਈ ਸਿੱਖਾਂ ਦੇ ਘਰ ਸਿੱਖ ਬਣ ਜਾਂਦਾ ਤਾਂ ਚੰਗੀ ਗੱਲ ਹੈ, ਪਰ ਗੁਰੂ ਧਾਰਨ ਦੀ ਜਿਹੜੀ ਹੈ ਨਾ ਪ੍ਰਥਾ ਇਹ ਵੱਡੀ। ਇਉਂ ਤਾਂ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਕਹਿ ਸਕਦੇ ਸੀ ਕਿ ਅਸੀਂ ਤਾਂ ਚਾਰੇ ਦਸਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਹਾਂ, ਸਾਨੂੰ ਤਾਂ ਗੁਰੂ ਧਾਰਨ ਦੀ ਲੋੜ ਨਹੀਂ, ਅਮਰ ਛਕਣ ਦੀ ਲੋੜ ਹੀ ਨਹੀਂ। ਪਰ ਨਹੀਂ, ਇਹ ਧਿਆਨ ਰੱਖਣਾ ਕਿ ਜਦੋਂ ਤੱਕ ਐਡਮਿਸ਼ਨ ਨਹੀਂ ਹੁੰਦੀ, ਪੰਜ ਪਿਆਰਿਆਂ ਦੇ ਰਾਹੀਂ ਅਸੀਂ ਦਾਖਲਾ ਨਹੀਂ ਲੈਂਦੇ, ਉਦੋਂ ਤੱਕ ਸਾਡਾ ਕੋਈ ਵੀ ਕਰਮ ਕੀਤਾ ਹੋਇਆ ਜਿਹੜਾ ਹੈ। ਇਹ ਠੀਕ ਹੈ ਕਿ ਬਾਣੀ ਪੜ੍ਹਨ ਦੇ ਨਾਲ ਚਾਰ ਪਦਾਰਥ ਮਿਲ ਜਾਣਗੇ, ਮਾਇਆ ਮਿਲ ਜਾਏਗੀ, ਧਰਮ ਅਰਥ ਕਾਮ ਮੋਖ, ਧਰਮ ਧਰਮੀ ਹੋ ਜਾਣਾ, ਅਰਥ ਪੈਸੇ ਟੱਕੇ ਦਾ ਮਸਲਾ ਹੱਲ ਹੋਣਾ, ਕਾਮਨਾ ਪੂਰੀ ਹੋਣੀ, ਮੁਕਤੀ ਹੋ ਜਾਣੀ, ਇਹ ਇੱਕ ਵੱਡੀਆਂ ਚੀਜ਼ਾਂ ਨੇ ਆਮ ਸੰਸਾਰੀ ਜੀਵਾਂ ਨੂੰ। ਬਾਣੀ ਪੜ੍ਹਨ ਦਾ ਮੇਰਾ ਵੀ ਕੰਮ ਬਣ ਗਿਆ, ਮੈਨੂੰ ਨੌਕਰੀ ਮਿਲ ਗਈ, ਸਾਡੇ ਲੜਕਾ ਹੋ ਗਿਆ, ਇਹ ਤਾਂ ਸੁਭਾਵਕ ਸਾਰੀਆਂ ਚੀਜ਼ਾਂ ਸਤਿਗੁਰੂ ਮਹਾਰਾਜ ਸਾਨੂੰ ਦੇ ਦੇਣਗੇ। ਪਰ ਇੱਕ ਹੁੰਦਾ ਪੁੱਤਰ ਬਣਨਾ। ਸੋ ਕੋਈ ਸਾਡੇ ਘਰ ਆਵੇ ਕਿ ਮੈਨੂੰ ਆ ਥੋੜ੍ਹੀ ਬਹੁਤ ਚੀਜ਼ ਦੇ ਦਿਓ, ਕੋਈ ਆਪਾਂ ਦੇ ਦਿੰਦੇ ਹਾਂ, ਪਰ ਜੇ ਕੋਈ ਕਹੇ ਕਿ ਆਪਣੇ ਮਕਾਨ ਦੀ ਰਜਿਸਟਰੀ ਮੇਰੇ ਨਾਲ ਕਰਾ ਦਿਓ, ਆਪਣੀ ਕਾਰ ਕੋਠੀ ਮੇਰੇ ਨਾਲ ਲਵਾ ਦਿਓ, ਮੁਸ਼ਕਲ ਹੈ। ਪਰ ਸਾਡੇ ਬੱਚੇ ਨੂੰ ਸੁਤੇ ਸਿੱਧ ਹੀ ਸਾਡੀ ਜਾਇਦਾਦ ਦਾ ਅਧਿਕਾਰ ਹੁੰਦਾ ਹੈ, ਜੋ ਕਿ ਠਾਕੁਰ ਕਾ ਸੋ ਸੇਵਕ ਕਾ। ਮਹਾਰਾਜ ਕਹਿੰਦੇ ਨੇ ਜਿਹੜਾ ਵਿਧੀ ਪੂਰਵਕ ਢੰਗ ਦੇ ਨਾਲ ਸਹੀ ਜਿਹੜਾ ਹੁੰਦਾ ਪ੍ਰੋਪਰ ਚੈਨਲ, ਉਹਦੇ ਦੇ ਨਾਲ ਜੇ ਕੋਈ ਬੰਦਾ ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲਾ ਬਣਦਾ, ਸੁਤੇ ਸਿੱਧ ਹੀ ਉਹ ਗੁਰੂ ਵਾਲਾ ਬਣ ਕੇ ਸਿੰਘ ਨਾਮ ਦਾ ਅਧਿਕਾਰੀ ਹੋ ਜਾਂਦਾ, ਅਤੇ ਸੁਤੇ ਸਿੱਧ ਹੀ ਸਾਰੇ ਬ੍ਰਹਿਮੰਡਾਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਪੁੱਤਰ ਬਣ ਕੇ ਸਭ ਕੁਝ ਪ੍ਰਾਪਤ ਕਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਆਵਾ ਗਾਉਣ ਦਾ ਚੱਕਰ ਮੇਟਣ ਲਈ ਗੁਰੂ ਦੀ ਲੋੜ ਹੈ, ਗੁਰੂ ਕੋਲ ਜਾ ਕੇ ਗੁਰੂ ਸ਼ਬਦ ਦੀ ਲੋੜ ਹੈ, ਗੁਰਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ ਸੰਗਤ ਕਰਨ ਦੀ ਲੋੜ ਹੈ, ਸੰਗਤ ਤੋਂ ਬਿਨਾਂ ਰੰਗਤ ਨਹੀਂ ਆਉਂਦੀ, ਬਖਸ਼ਿਸ਼ ਜਿਹੜੀ ਹੈ ਸਾਧ ਸੰਗਤ ਅਸਥਾਨ ਜਗਮਗ ਨੂਰ ਹੈ। ਇਹ ਕੋਈ ਗੱਲਾਂ ਜਿਹੜੀਆਂ ਨੇ ਮਖੌਲ ਵਾਲੀਆਂ ਨਹੀਂ ਕਿ ਐਵੇਂ ਹਾਸਾ ਖੇਡਿਆ ਕਿ ਸਾਧ ਸੰਗਤ, ਸਾਧ ਸੰਗਤ ਬੜਾ ਵੱਡਾ ਸਥਾਨ ਹੈ। ਮੰਨ ਲਓ ਕਿ ਉੱਪਰ ਜਿਹੜਾ ਸੱਚਖੰਡ ਹੈ ਉਹ ਥੱਲੇ ਧਰਤੀ ਤੇ ਸੱਚਖੰਡ ਹੈ ਅਸਥਾਨ ਸਾਧ ਸੰਗਤ। ਜਦੋਂ ਤੱਕ ਸਾਧ ਸੰਗਤ ਰੂਪੀ ਪਲੇਟਫਾਰਮ ਤੇ ਨਹੀਂ ਆਉਂਦੇ ਉਦੋਂ ਤੱਕ ਵਾਹਿਗੁਰੂ ਨਾਮ ਜਹਾਜ਼ ਤੇ ਚੜ ਕੇ ਸੱਚਖੰਡ ਵਾਲੇ ਸਥਾਨ ਤੇ ਜੀਵ ਨਹੀਂ ਜਾ ਸਕਦਾ। ਇਸ ਕਰਕੇ ਵਿਧੀ ਪੂਰਵਕ ਢੰਗ ਤਰੀਕੇ ਨਾਲ ਹੀ ਗੁਰੂ ਵਾਲੇ ਬਣ ਕੇ ਸਤਿਗੁਰੂ ਕਹਿੰਦੇ ਤਰਿਆ ਜਾ ਸਕਦਾ ਹੈ। ਪ੍ਰਭੂ ਆਪ ਹੀ ਜੁੜੇ ਹੋਏ ਜੀਵ ਨੂੰ ਪਰਖਦਾ ਹੈ ਤੇ ਆਪ ਹੀ ਬਖਸ਼ ਲੈਂਦਾ। ਆਪੇ ਪਰਖੈ ਬਖਸ਼ ਲਿਆ। ਪਰਖਣਾ ਬੜਾ ਜ਼ਰੂਰੀ ਹੈ। ਜਦੋਂ ਤੱਕ ਉਹ ਪਰਖਦੇ ਨਹੀਂ ਉਦੋਂ ਤੱਕ ਆਪਾਂ ਵੀ ਕਿਸੇ ਬੰਦੇ ਨੂੰ ਪਰਖਦੇ ਹਾਂ, ਸਤਿਗੁਰੂ ਵੀ ਪਰਖਦੇ ਨੇ। ਜਦੋਂ ਪਰਖ ਹੋ ਗਈ, ਚੰਗੀ ਤਰ੍ਹਾਂ ਪਾਸ ਹੋ ਗਿਆ, ਉਦੋਂ ਸਤਿਗੁਰੂ ਗੱਲ ਨਾਲ ਲਾਉਂਦੇ ਨੇ। ਭਾਈ ਮੰਝ ਦੀ ਪਰਖ ਲਈ ਹੈ, ਬਾਬਾ ਲਹਿਣਾ ਜੀ ਦੀ ਪਰਖ ਲਈ ਹੈ, ਗੁਰੂ ਅਮਰਦਾਸ ਜੀ ਦੀ ਪਰਖ ਲਈ ਹੈ, ਗੁਰੂ ਰਾਮਦਾਸ ਮਹਾਰਾਜ ਦੀ ਅੱਗੇ ਪਰਖ ਲਈ ਹੈ, ਗੁਰੂ ਅਰਜਨ ਦੇਵ ਜੀ ਪਰਖ ਦਿੱਤੀ ਹੈ, ਲਾਹੌਰ ਭੇਜਤਾ, 2 ਸਾਲ ਬੁਲਾਇਆ ਤੱਕ ਨਹੀਂ।
ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਖ ਤਾਂ ਲੈਣੀ ਲੈਣੀ ਸਿੱਖ ਦੀ। ਦੇਖਣਾ ਵੀ ਹੈ ਕਿ ਇਕੱਲੇ ਖਾਲੀ ਪਦਾਰਥਾਂ ਲਈ, ਪੈਸੇ ਲਈ, ਅਹੁਦਿਆਂ ਲਈ ਤਾਂ ਨਹੀਂ ਸਿੱਖੀ ਧਾਰਨ ਕੀਤੀ ਕਿਤੇ। ਕਦੇ ਕਦੇ ਗਰੀਬੀ ਵੀ ਦੇ ਕੇ ਦੇਖਦੇ ਨੇ, ਕਦੇ ਕਦੇ ਕੋਈ ਬਿਮਾਰੀ ਵੀ ਲੱਗ ਜਾਂਦੀ ਹੈ। ਆਮ ਬੰਦਾ ਤਾਂ ਇਹ ਕਹਿੰਦਾ ਚੰਗਾ ਬਾਣੀ ਪੜ੍ਹਨ ਲੱਗੇ, ਚੰਗਾ ਗੁਰਦੁਆਰੇ ਜਾਣ ਲੱਗਿਆ, ਸਾਨੂੰ ਤਾਂ ਬਿਮਾਰੀਆਂ ਹੀ ਲੱਗ ਗਈਆਂ, ਕੋਈ ਕਹਿੰਦਾ ਸਾਨੂੰ ਆਹ ਹੋ ਗਿਆ। ਨਹੀਂ, ਸਿੱਖੀ ਦਾ ਮਾਰਗ ਜਿਹੜਾ ਹੈ ਪਰਖਾਂ ਵਿੱਚ ਵੀ ਚੱਲਦਾ ਹੈ।